ਦੇਖੋ, ਸਭੇ ਪਹਿਲੇ ਤਾਂ ਜੋ ਗੌਰਮੈਂਟ ਕੀ ਪੋਲਿਸੀ ਹੈ, ਗੌਰਮੈਂਟ ਕੋ ਇਸ ਤਰਫ ਧਿਆਨ ਦੇਣਾ ਹੋਗਾ। ਅਗਰ ਐਸਾ ਚਲਤਾ ਰਹੇਗਾ, ਹਰ ਚੀਜ਼ ਪੇ ਇਫੈਕਟ ਪੜੇਗਾ, ਸਬਜ਼ੀ, ਦੂਧ, ਜੋ ਬੇਸਿਕ ਅਸੈਂਸ਼ੀਅਲ ਹਮਾਰੀ ਨੀਡ ਹੈ। ਤੋ ਗੌਰਮੈਂਟ ਕੋ ਇਸ ਤਰਫ ਇੱਕ ਮੀਟਿੰਗ ਬੁਲਾਣੀ ਚਾਹੀਏ, ਰਿਵਿਊ ਕਰਨਾ ਚਾਹੀਏ। ਠੀਕ ਹੈ, ਆਗੇ ਇਲੈਕਸ਼ਨਸ ਵੀ ਹੈ, ਠੀਕ ਹੈ, ਇੱਕ ਪ੍ਰੋਪਾਗੈਂਡਾ ਹੋਤਾ ਹੈ, ਪਰ ਆਪ ਦੇਖੀਏ, ਇੱਕ ਗਰੀਬ ਆਦਮੀ, ਇੱਕ ਮਿਡਲ ਕਲਾਸ ਆਦਮੀ ਜੋ ਰੋਜ਼ ਜੋਬ ਪੇ ਜਾਣੇ ਵਾਲਾ ਹੈ, ਪ੍ਰਾਈਵੇਟ ਜੋਬ ਵਾਲਾ, ਉਹ ਕਿਆ ਕਰੇਗਾ? ਅਬ ਇਤਨੀ ਦੁਨੀਆ ਹੈ, ਕੋਈ ਐਂਬੂਲੈਂਸ ਵਾਲੇ ਹੈ, ਕੋਈ ਮਰੀਜ਼ ਹੈ, ਕਿਸੇ ਕੀ ਜਾਨ ਵੀ ਜਾ ਸਕਦੀ ਹੈ, ਕੁਛ ਵੀ ਹੋ ਸਕਤਾ ਹੈ। ਇਸਕੇ ਲੀਏ ਤਾਂ ਗੌਰਮੈਂਟ ਕੋ, ਅਭੀ ਮੈਂ ਲੁਧਿਆਣੇ ਕਾ ਇੱਕ ਵੀਡੀਓ ਦੇਖ ਰਹਾ ਥਾ, 160 ਰੁਪਏ ਪੈਟਰੋਲ ਮਿਲ ਰਿਹਾ, ਮੁਝੇ ਨਹੀਂ ਪਤਾ ਵੋ ਕੌਨ ਸਾ ਪੈਟਰੋਲ ਪੰਪ ਹੈ। ਤੋ ਇਸਕੇ ਤਰਫ ਗੌਰਮੈਂਟ ਕੋ ਥੋੜ੍ਹਾ ਥੋੜ੍ਹਾ ਧਿਆਨ ਦੇਣਾ ਹੋਗਾ, ਇਨਕੀ ਮੰਗੇ ਕੋ ਸੁਣਨਾ ਹੋਗਾ, ਵਿਚਾਰ ਕਰਨਾ ਹੋਗਾ। ਅਗਰ ਇਸਕਾ ਨਿਪਟਾਰਾ ਇੱਕ ਦੋ ਦਿਨ ਮੇ ਨਹੀਂ ਹੋਤਾ, ਤੋ ਹਮ ਲੋਗੋ ਕੋ ਬਹੁਤ ਮੁਸ਼ਕਿਲੋਂ ਕਾ ਸਾਹਮਣਾ ਕਰਨਾ ਪੜੇਗਾ। ਆਪਣੀ ਟਰਾਂਸਪੋਰਟ ਹੈ, ਗੱਡੀਆਂ ਜਲਦੀ ਆਪਣੀਆਂ, ਸਕੂਲ ਵੈਨਾਂ ਹੈ, ਸਵੇਰੇ 8 ਵਜੇ ਖੜੇ ਹਾਂ, ਸਕੂਲ ਲੱਗ ਜਾਣੇ ਆ, ਬੱਚਿਆਂ ਨੂੰ ਕਿਸ ਤਰ੍ਹਾਂ ਲੈ ਕੇ ਆਵਾਂਗੇ? ਬਹੁਤ ਪਰੇਸ਼ਾਨੀ ਹੈ, ਬੱਚਿਆਂ ਦੀ ਪੜ੍ਹਾਈ ਖਰਾਬ ਹੋਏਗੀ। ਮੈਂ ਕਿਹਾ ਸਰਕਾਰ ਨੂੰ ਆਪਣਾ ਜੋ ਵੀ ਇਹਨਾਂ ਨੇ ਆਪਣਾ ਕਾਨੂੰਨ ਬਣਾਇਆ ਉਹਨੂੰ ਵਾਪਸ ਲੈਣਾ ਚਾਹੀਦਾ। ਤੁਸੀਂ ਕੀ ਮੰਗ ਕਰਦੇ ਹੋ? ਮੰਗ ਇਹੋ ਹੀ, ਤੇਲ ਮਿਲਣਾ ਚਾਹੀਦਾ ਸਾਡੀ, ਹੋਰ ਕਾਹਦੀ ਮੰਗ ਹੈ? ਕਾਰੋਬਾਰ ਚੱਲਿਆ, ਕਾਰੋਬਾਰ ਤਾਂ ਅੱਗੇ ਨਹੀਂ ਗਏ। ਹਾਂਜੀ, ਇਹ ਮੰਗ ਹੈ। ਮੁਸ਼ਕਲਾਂ ਇਸੇ ਤਰ੍ਹਾਂ, ਇਹ ਮੁਸ਼ਕਲਾਂ ਹਰ ਬੰਦੇ ਨੂੰ, ਉੱਥੋਂ ਸਕੂਲ ਖੁੱਲ੍ਹਣ ਵਾਲਾ ਇਹਨਾਂ ਨੇ ਤੇਲ ਬੰਦ ਕਰ ਦਿੱਤਾ ਵਾ। ਜਿਹੜੇ ਕਾਨੂੰਨ ਬਣਾਏ ਆ, ਬਹੁਤ ਗਲਤ ਕਾਨੂੰਨ ਬਣਾਏ ਡਰਾਈਵਰ ਵਾਸਤੇ, ਚਾਹੀਦੇ ਨਹੀਂ ਇਹ ਕਾਨੂੰਨ, ਇਹੋ ਜਿਹੇ ਕਾਨੂੰਨ ਨਹੀਂ ਚਾਹੀਦੇ। ਇਸ ਕਰਕੇ ਹਰ ਬੰਦੇ ਨੂੰ ਦਿੱਕਤ ਆ ਰਹੀ ਹੈ, ਸਕੂਲਾਂ ਵਾਲਿਆਂ ਨੂੰ ਕੀ ਮਤਲਬ ਕਿ ਬਾਕੀਆਂ ਨੂੰ ਵੀ ਦਿੱਕਤ ਆ ਰਹੀ, ਆਮ ਪਬਲਿਕ ਨੂੰ ਬਹੁਤ ਦਿੱਕਤ ਆ ਰਹੀ ਹੈ। ਪਰ ਇਹਨਾਂ ਨੂੰ ਚਾਹੀਦਾ ਕਿ ਗਲਤ ਕੰਮ ਨਹੀਂ ਚਾਹੀਦੇ, ਬਾਬਾ ਸਾਹਿਬ ਦੇ ਨਾ ਕਾਨੂੰਨ ਰੱਦ ਕਰਨ ਦੇ ਆ, ਪਰ ਬਹੁਤ ਮਾੜਾ ਹੋਏਗਾ ਇਹ ਪੰਜਾਬ 'ਚ ਨਹੀਂ, ਬਹੁਤ ਜ਼ਿਆਦਾ ਅਸਰ ਮਾੜਾ ਹੋਏਗਾ ਇਹਨਾਂ ਦਾ, ਬਹੁਤ ਕੰਮ ਖਰਾਬ ਕਰਨ ਦੇ ਆ। ਕਿਉਂਕਿ ਹਰ ਚੀਜ਼ ਦੇ ਵਿੱਚ ਪੈਟਰੋਲ ਹੈ, ਪੈਟਰੋਲ ਹੈ, ਪੈਟਰੋਲ ਹੈ, ਡੀਜ਼ਲ ਹੈ, ਟਰਾਂਸਪੋਰਟ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਹੈਗੀ। ਟਰਾਂਸਪੋਰਟ ਤੋਂ ਬਿਨਾਂ ਤਾਂ ਕਿਸੇ ਨੂੰ ਰੋਟੀ ਨਹੀਂ ਮਿਲ ਸਕਦੀ, ਕਿਉਂਕਿ ਅੱਜ ਕੱਲ੍ਹ ਹਰ ਬੰਦਾ ਸਿਲੰਡਰ 'ਤੇ ਬੈਠਾ, ਜੇ ਸਿਲੰਡਰ ਨਹੀਂ ਆਉਣਗੇ ਤਾਂ ਰੋਟੀ ਕਿਸ ਤਰ੍ਹਾਂ ਬਣੇਗੀ, ਕੀ ਕਰੋਗੇ ਤੁਸੀਂ? ਕੁਛ ਨਹੀਂ ਕਰ ਸਕਦੇ। ਇਹ ਕਾਨੂੰਨ ਇਹਨਾਂ ਨੂੰ ਵਾਪਸ ਲੈਣੇ ਚਾਹੀਦੇ ਆ, ਬਹੁਤ ਮਾੜਾ ਕੀਤਾ ਨਾ, ਜੋ ਵੀ ਕੀਤਾ ਬਹੁਤ ਮਾੜਾ ਕਰਨ ਦੇ ਆ, ਆਉਣ ਵਾਲੇ ਸਮੇਂ 'ਚ ਇਹਨਾਂ ਦਾ ਨੁਕਸਾਨ ਹੋਏਗਾ। ਕੀ ਨਾਂ ਹੈ ਭਾਈ ਤੁਹਾਡਾ? ਮੇਰਾ ਨਾਂ ਜੀ ਵਿਕਰਾਂਤ ਹੈ ਜੀ। ਕਿੱਥੇ ਖੜੇ ਹੋ ਤੁਸੀਂ ਅੱਜ? ਮੈਂ ਇਸ ਟਾਈਮ ਕਾਲਾ ਮਾਲਾ ਚੌਂਕ ਮੰਡੀਠਾ ਰੋਡ ਤੇ ਖੜਾ ਤੇਲ ਪਵਾਉਣ ਲਈ, ਪਰ ਪੈਟਰੋਲ ਪੰਪ ਖੁੱਲ੍ਹਾ ਨਹੀਂ, ਕਹਿੰਦੇ ਵੀ 3-4 ਦਿਨ ਬੰਦ ਰਹਿਣਾ ਪੈਟਰੋਲ ਪੰਪ। ਕਿਹੜੀ ਗੱਲੋਂ? ਇਹ ਕਹਿੰਦੇ ਵੀ ਜਿਹੜੇ ਟਰੱਕ ਜਿਹੜੇ ਚਾਲਕ ਹੈ, ਇਹ ਟਰੱਕ ਜਿੱਦਾਂ ਐਕਸੀਡੈਂਟ ਹੁੰਦਾ ਵਾ, ਟਰੱਕ ਛੱਡ ਕੇ ਭੱਜ ਜਾਂਦਾ, ਇਹਨਾਂ ਦੇ 10 ਲੱਖ ਰੁਪਏ ਦਾ ਜੁਰਮਾਨਾ ਚੁੱਕਿਆ ਜਾਵੇ, ਨਾਲ 7 ਸਾਲ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਇਸ ਕਰਕੇ ਉਹਨਾਂ ਨੇ ਸਟ੍ਰਾਈਕ ਕੀਤੀ ਆ ਵੀ ਇਹ ਜਿਹੜਾ ਪਰਚਾ ਬੰਦ ਕੀਤਾ ਜਾਵੇ। ਤੁਹਾਨੂੰ ਕੀ ਲੱਗਦਾ ਇਹ ਫੈਸਲਾ ਸਰਕਾਰ ਦਾ ਠੀਕ ਹੈ ਜੀ? ਫੈਸਲਾ ਤਾਂ ਠੀਕ ਹੈ ਜੀ, ਹੱਦੋਂ ਤੱਕ ਤਾਂ ਠੀਕ ਹੈ, ਪਰ ਇਹ ਤਾਂ ਪੁਲ ਪੰਪ ਦਾ ਜਿਹੜਾ ਬੰਦ ਕਰਨਾ, ਇਹ ਮੁਸ਼ਕਲ ਆ ਰਹੀ ਆ, ਯਾਤਾਯਾਤ ਬੜੀ ਜਾਮ ਹੋ ਜਾਂਦੇ ਆ। ਕੀ ਨਾਮ ਤੁਹਾਡਾ? ਅਜੇ ਕੁਮਾਰ। ਕਿੰਨਾ ਟਾਈਮ ਲੱਗਿਆ? 3 ਘੰਟੇ। ਕਿੰਨਾ ਤੇਲ ਪਵਾਇਆ? 7 ਲੀਟਰ ਪਾਤਾ। 7 ਲੀਟਰ ਪੂਰੇ ਦੇਸ਼ ਦੇ ਵਿੱਚ ਜੋ ਇਸ ਵੇਲੇ ਦੀ ਮੌਜੂਦਾ ਕੇਂਦਰ ਸਰਕਾਰ ਨੇ ਕਾਲਾ ਕਾਨੂੰਨ ਲਿਆਂਦਾ ਹੈ ਕਿ ਜੇ ਕਿਤੇ ਐਕਸੀਡੈਂਟ ਹੋ ਜਾਂਦਾ ਤੇ ਉੱਥੋਂ ਡਰਾਈਵਰ ਭੱਜ ਲੈਂਦਾ ਹੈ ਤਾਂ ਉਹਨੂੰ 10 ਲੱਖ ਦਾ ਜੁਰਮਾਨਾ ਤੇ 10 ਸਾਲ ਦੀ ਕੈਦ ਹੋਏਗੀ। ਇਹ ਕਾਨੂੰਨਾਂ ਦੀ ਅਸੀਂ ਨਿਖੇਧੀ ਕਰਦੇ ਹਾਂ, ਅਸੀਂ ਵਿਰੋਧ ਕਰਦੇ ਹਾਂ। ਇਹ ਕਾਨੂੰਨ ਬਿਨਾਂ ਸੋਚੇ ਸਮਝੇ ਇਹਨਾਂ ਨੇ ਲਿਆ ਤਾ, ਇਹਦੇ ਨਾਲ ਹਰੇਕ ਭਾਰਤ ਦੇ ਜੋ ਟਰੱਕ ਡਰਾਈਵਰ ਨੇ, ਚਾਹੇ ਕੈਂਟਰ ਵਾਲਿਆ, ਚਾਹੇ ਆਇਲ ਟੈਂਕਰ ਵਾਲਿਆ, ਚਾਹੇ ਟੈਕਸੀ ਵਾਲਿਆ, ਤੇ ਆਮ ਵੀ ਜੇ ਕੋਈ ਆਵਾਮ ਦਾ ਬੰਦਾ ਗੱਡੀ ਚਲਾ ਰਿਹਾ, ਆਪਦੀ ਪਰਸਨਲ ਕਾਰ ਚਲਾ ਰਿਹਾ, ਤਾਂ ਉਹ ਵੀ ਡਰਾਈਵਰ ਆ, ਇਹਦੇ ਨਾਲ ਉਹ ਪੀੜਿਤ ਹੋਏਗਾ। ਜਦੋਂ ਐਕਸੀਡੈਂਟ ਹੋ ਜਾਂਦਾ ਹੈ, 3 ਦਿਨਾਂ ਦੇ ਵਿੱਚ ਇੱਕ ਡਰਾਈਵਰ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਜਾਂਦਾ ਹੈ, ਜਿਹਦੇ ਵਿੱਚੋਂ 97% ਤੋਂ 98% ਡਰਾਈਵਰ ਸਾਡੇ ਕਮਰਸ਼ੀਅਲ ਟਰੱਕਾਂ ਦੇ, ਚਾਹੇ ਉਹ ਛੋਟਾ ਚਾਹੇ ਵੱਡਾ ਹੈ। ਕਿਉਂਕਿ ਅਸੀਂ ਪ੍ਰਦੇਸ਼ਾਂ ਦੇ ਵਿੱਚ ਜਾਂਦੇ ਹਾਂ, ਉੱਥੇ ਸਾਡਾ ਕੋਈ ਬਾਲੀ ਵਾਰਸ ਨਹੀਂ ਹੁੰਦਾ, ਉੱਥੇ ਦੀ ਭੀੜ ਇਕੱਠੀ ਹੋ ਕੇ ਸਾਡੇ ਗੁੱਪ ਸਾਡੇ ਡਰਾਈਵਰਾਂ ਨੂੰ ਬੰਨ ਕੇ
ਨੂਡ ਕੇ ਵੀਡੀਓ ਬਣਾਉਂਦੀ ਹੈ, ਉਹਦੇ ਗੁਪਤ ਅੰਗਾਂ 'ਚ ਲੱਤਾਂ ਮਾਰੀਆਂ ਜਾਂਦੀਆਂ ਨੇ, ਉਹਨਾਂ ਦੇ ਮੂੰਹਾਂ 'ਚ ਪਿਸ਼ਾਬ ਕੀਤਾ ਜਾਂਦਾ ਹੈ, ਉਹਨਾਂ ਦੇ ਮੂੰਹਾਂ 'ਚ ਥੁੱਕਿਆ ਜਾਂਦਾ ਹੈ, ਉਹਨਾਂ ਨੂੰ ਕੁੱਟ ਕੁੱਟ ਕੇ ਤਸੀਹੇ ਦੇ ਕੇ ਘੰਟੇ ਦੇ ਵਿੱਚ ਉਹਨਾਂ ਦੇ ਸਿਰਾਂ 'ਚ ਗੰਡਾਸੇ ਅਤੇ ਡਾਂਗਾ ਮਾਰ ਕੇ ਬੜੀ ਜ਼ਾਲਮ ਤਰੀਕੇ ਦੇ ਨਾਲ ਉਹਨਾਂ ਦੀ ਹੱਤਿਆ ਕੀਤੀ ਜਾਂਦੀ ਹੈ। ਇੱਥੇ ਦੱਸੋ, ਜੇ ਡਰਾਈਵਰ ਐਕਸੀਡੈਂਟ ਵਾਲੀ ਥਾਂ 'ਤੇ ਖੜ੍ਹਾ ਰਹੂਗਾ ਤਾਂ ਭੀੜ ਉਹਦਾ ਕਤਲ ਕਰ ਦੂ। ਸਾਡਾ ਸੰਵਿਧਾਨਿਕ ਅਧਿਕਾਰ ਹੈ ਆਪਣੀ ਜਾਨ ਬਚਾਉਣ ਦਾ। ਅਸੀਂ ਕਿਵੇਂ ਆਪਣੇ ਬੱਚੇ ਦਾ ਭਵਿੱਖ ਅਤੇ ਆਪਣੀਆਂ ਜਾਨਾਂ ਉਸ ਘਟਨਾ ਸਥਰ 'ਤੇ ਬਿਨਾਂ ਕਿਸੇ ਕੰਮ ਤੋਂ ਵਾਰ ਦੀਏ? ਕਿਵੇਂ ਹੋ ਸਕਦਾ ਜਿਹੜਾ ਜਦੋਂ ਭੀੜ ਤਾਂ ਡਰਾਈਵਰ ਨੂੰ ਕੁੱਟਣ ਲੱਗ ਜੂ ਅਤੇ ਜਿਹੜੇ ਬੰਦੇ ਦੇ ਪਹਿਲਾਂ ਸੱਟ ਵੱਜੀ ਆ, ਚਾਹੇ ਗਲਤੀ ਉਹਦੀ ਹੋਈ ਹੋਵੇ, ਉਹਨੂੰ ਚੱਕ ਕੇ ਹਸਪਤਾਲ ਕੌਣ ਲੈ ਕੇ ਜਾਊ?